ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਜਲੰਧਰ ਦੇ ਲੜੋਆ ਪਿੰਡ ਦਾ ਹਾਲ ਦੇਖੋ। ਦਰਅਸਲ ਇੱਥੇ ਅਕਾਲੀ ਦਲ ਦਾ ਬੂਥ ਲੱਗਾ ਸੀ, ਪਰ ਅਕਾਲੀ ਦਲ ਵਾਲਿਆਂ ਦਾ ਇਲਜ਼ਾਮ ਹੈ ਕਿ ਕਾਂਗਰਸੀਆਂ ਨੇ ਉਹਨਾਂ ਦਾ ਬੂਥ ਪੱਟ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਭਾਰੀ ਸੰਖਿਆ 'ਚ ਪੁਲਿਸ ਬਲ ਮੌਕੇ 'ਤੇ ਪਹੁੰਚ ਗਿਆ। ਲੜੋਆ ਪਿੰਡ ਦੇ ਵਿੱਚ ਅਕਾਲੀ ਦਲ ਦੇ ਕੈਂਡੀਡੇਟ ਚਰਨਜੀਤ ਸਿੰਘ ਅਟਵਾਲ ਦਾ ਬੂਥ ਇੱਥੇ ਲਾਇਆ ਗਿਆ ਸੀ। ਬੂਥ ਲਾਉਣ ਵਾਲੇ ਲੀਡਰਾਂ ਦਾ ਇਲਜ਼ਾਮ ਹੈ ਕਿ ਇਲਾਕੇ ਦੇ ਵਿੱਚ ਕੁਝ ਕਾਂਗਰਸੀ ਲੀਡਰ ਮੌਕੇ 'ਤੇ ਆਏ, ਉਹਨਾਂ ਨੇ ਆਉਂਦੇ ਹੀ ਇਹਨਾਂ ਦਾ ਬੂਥ ਪੱਟ ਦਿੱਤਾ ਅਤੇ ਸਿੱਧੇ ਤੌਰ 'ਤੇ ਕਿਹਾ ਕਿ ਉਹ ਕਿਸੇ ਵੀ ਸੂਰਤ ਦੇ ਵਿੱਚ ਇੱਥੇ ਅਕਾਲੀ ਦਲ ਦਾ ਬੂਥ ਨਹੀਂ ਲੱਗਣ ਦੇਣਗੇ। ਘਟਨਾ ਦੀ ਸੂਚਨਾ ਚਰਨਜੀਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਮੌਕੇ 'ਤੇ ਤਾਂ ਪਹੁੰਚ ਗਈ, ਪਰ ਫਿਲਹਾਲ ਕੋਈ ਠੋਸ ਕਾਰਵਾਈ ਮੌਕੇ 'ਤੇ ਨਹੀਂ ਕੀਤੀ ਗਈ। ਅਕਾਲੀ ਦਲ ਦੇ ਲੀਡਰਾਂ ਦਾ ਇਲਜ਼ਾਮ ਹੈ ਕਿ ਪੁਲਿਸ ਦੀ ਸ਼ਹਿ ਦੇ ਉੱਤੇ ਧੱਕੇਸ਼ਾਹੀ ਹੋ ਰਹੀ ਹੈ। ਇਹਨਾਂ ਤਸਵੀਰਾਂ 'ਚ ਤੁਸੀਂ ਆਪ ਹੀ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਅਕਾਲੀ ਦਲ ਦਾ ਬੂਥ ਮੌਕੇ 'ਤੇ ਖਿਲਾਰ ਦਿੱਤਾ ਗਿਆ। ਟੇਬਲ ਕਿਤੇ ਸੁੱਟ ਦਿੱਤੇ ਗਏ ਅਤੇ ਕੁਰਸੀਆਂ ਕਿਤੇ ਸੁੱਟ ਦਿੱਤੀਆਂ ਗਈਆਂ। ਇਹੀ ਨਹੀਂ, ਮੌਕੇ 'ਤੇ ਖੜ੍ਹੇ ਵੋਟਰ ਵੀ ਦਹਿਸ਼ਤ ਦੇ ਨਾਲ ਭੱਜ ਗਏ। ਇਸ ਤੋਂ ਇਲਾਵਾ ਅਕਾਲੀ ਦਲ ਦੀਆਂ ਪਰਚੀਆਂ ਵੀ ਦੂਰ ਦੂਰ ਤੱਕ ਖਿਲਰੀਆਂ ਵਿਖਾਈ ਦੇ ਰਹੀਆਂ ਸੀ। ਤੁਸੀਂ ਆਪ ਹੀ ਸੁਣੋ ਕਿਵੇਂ ਹੋਈ ਹੈ ਘਟਨਾ। ਕੀ ਕਾਰਨ ਜੀ? ਪਰਚੀਆਂ ਤੁਸੀਂ ਕਿਉਂ ਕੱਢਦੇ ਇੱਥੇ? ਅਸੀਂ ਨਹੀਂ ਤੁਹਾਡਾ ਲੱਗਣਾ, ਬੂਥ ਨਹੀਂ ਲੱਗਣ ਦੇਣੇ। ਹੱਥੋਂ ਭਾਈ ਤੁਹਾਡੇ ਨਾਲ ਕੀਤੀ ਗਈ? ਮੇਰੇ ਹੱਥੋਂ ਭਾਈ ਮੇਰੇ ਨਾਲ ਹੋ ਕੇ ਗਿਆ। ਤੁਸੀਂ ਪੁਲਿਸ ਨੂੰ ਕੰਪਲੇਂਟ ਦਿੱਤੀ ਉਹਨਾਂ ਦੇ ਬਾਰੇ? ਚਾਹੇ ਹੁਣ ਕਿਹਾ ਉਹਨਾਂ ਨੂੰ, ਹਲੇ ਕੋਈ ਕਾਰਵਾਈ ਨਹੀਂ ਕੀਤੀ ਹਜੇ। ਉਹ ਐਵੇਂ ਗੱਲੀਬਾਤੀ ਕੜਾ ਕਰੀ ਜਾਂਦੇ ਆ। ਮਾਮਲਾ ਭਾਜੀ, ਅਕਾਲੀ ਦਲ ਨੂੰ ਕਹਿੰਦੇ ਵੋਟਾਂ ਨਹੀਂ, ਵੋਟਾਂ ਨਹੀਂ ਪਾਉਂਦੇ ਨੇ। ਕਾਂਗਰਸੀ ਸਾਡੇ ਨਾਲ ਧੱਕਾ ਕਰਕੇ ਗਏ, ਲੜ ਕੇ ਗਏ, ਸਾਡੇ ਸਾਰੇ ਬੂਥ ਪਾ ਖਿਲਾਰ ਕੇ ਗਏ। ਜੋ ਟੇਬਲ ਚੱਕ ਕੇ ਮਾਰੇ, ਅਸੀਂ ਬੈਠੇ ਆਪਣੀ ਪੋਲਿੰਗ ਬੂਥ 'ਤੇ ਸੀਗੇ ਬੈਠੇ। ਕੁਛ ਨਹੀਂ ਕਰ ਰਹੀ ਪੁਲਿਸ ਜੀ।